ਦੱਸ ਦੇ ਕਿ ਖੇੜੀ ਵਾਲੇ ਬਾਬੇ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ, ਜਿੱਥੇ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਛੁੱਟੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਸਹੁਰੇ ਪਰਿਵਾਰ ਦੇ ਨਾਲ ਖੇੜੀ ਵਾਲੇ ਬਾਬੇ ਦੀ ਝੜਪ ਹੋਈ ਸੀ, ਜੋ ਕਿ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ ਦੇ ਵਿੱਚ ਖੇੜੀ ਵਾਲੇ ਬਾਬੇ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ 'ਤੇ ਹਮਲਾ ਕੀਤਾ ਗਿਆ ਸੀ ਤਾਂ ਸੱਸ ਦੇ ਉੱਤੇ ਗੋਲੀ ਚਲਾਈ ਗਈ ਸੀ, ਜਿਸਦਾ ਕਿ ਇਹਨਾਂ ਦੇ ਉੱਤੇ ਪਰਚਾ ਵੀ ਦਰਜ ਹੈ। ਜਦਕਿ ਸਹੁਰੇ ਪਰਿਵਾਰ ਦੇ ਵਿੱਚ ਸੱਸ ਅਤੇ ਸਾਲੇ ਦੇ ਵੱਲੋਂ ਇਸ 'ਤੇ ਗੱਡੀ ਚਾੜੀ ਗਈ ਸੀ, ਜਿਸ ਕਾਰਨ ਪੈਰ ਫ੍ਰੈਕਚਰ ਹੋਇਆ ਸੀ, ਦੰਦ ਟੁੱਟ ਗਏ ਸੀ, ਜਿਸ ਕਾਰਨ ਇਹ ਹਸਪਤਾਲ ਦੇ ਵਿੱਚ ਦਾਖਲ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਤਿਹਗੜ੍ਹ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ। ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ, ਇਹ ਜੇ ਕੋਰਟ 'ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ, ਅਸੀਂ ਨਹੀਂ ਕਹਿੰਦੇ ਜਿੱਥੇ ਵੀ ਕਰਨ, ਪਰ ਸਾਡਾ ਉਹਦੇ ਇਲਾਜ ਚੱਲਦਾ ਘਰਵਾਲੀ ਤੋਂ ਕੋਈ ਸ਼ਿਕਾਇਤ ਹੈ? ਨਹੀਂ, ਘਰਵਾਲੀ ਤੋਂ ਨਹੀਂ। ਦੱਸ ਦੇ ਕਿ ਖੇੜੀ ਵਾਲੇ ਬਾਬੇ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ, ਜਿੱਥੇ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਦੇ ਵਿੱਚ ਦਾਖਲ ਸੀ ਤਾਂ ਛੁੱਟੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਸਹੁਰੇ ਪਰਿਵਾਰ ਦੇ ਨਾਲ ਖੇੜੀ ਵਾਲੇ ਬਾਬੇ ਦੀ ਝੜਪ ਹੋਈ ਸੀ, ਜੋ ਕਿ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ ਦੇ ਵਿੱਚ ਖੇੜੀ ਵਾਲੇ ਬਾਬੇ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ 'ਤੇ ਹਮਲਾ ਕੀਤਾ ਗਿਆ ਸੀ ਤਾਂ ਸੱਸ ਦੇ ਉੱਤੇ ਗੋਲੀ ਚਲਾਈ ਗਈ ਸੀ, ਜਿਸਦਾ ਕਿ ਇਹਨਾਂ ਦੇ ਉੱਤੇ ਪਰਚਾ ਵੀ ਦਰਜ ਹੈ। ਜਦਕਿ ਸਹੁਰੇ ਪਰਿਵਾਰ ਦੇ ਵਿੱਚ ਸੱਸ ਅਤੇ ਸਾਲੇ ਦੇ ਵੱਲੋਂ ਇਸ 'ਤੇ ਗੱਡੀ ਚਾੜੀ ਗਈ ਸੀ, ਜਿਸ ਕਾਰਨ ਪੈਰ ਫ੍ਰੈਕਚਰ ਹੋਇਆ ਸੀ, ਦੰਦ ਟੁੱਟ ਗਏ ਸੀ, ਜਿਸ ਕਾਰਨ ਇਹ ਹਸਪਤਾਲ ਦੇ ਵਿੱਚ ਦਾਖਲ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਤਿਹਗੜ੍ਹ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ। ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ, ਇਹ ਜੇ ਕੋਰਟ 'ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ, ਅਸੀਂ ਨਹੀਂ ਕਹਿੰਦੇ ਜਿੱਥੇ ਵੀ ਕਰਨ, ਪਰ ਸਾਡਾ ਉਹਦੇ ਇਲਾਜ ਚੱਲਦਾ ਵਾਇਰਲ ਹੋਈ ਆ ਤੁਹਾਡੇ ਗੱਡੀ ਵਿੱਚ ਵੱਜ ਰਹੀ ਹੈ। ਹਾਂਜੀ ਹਾਂ, ਮੇਰਾ ਦੇਖ ਲਓ ਦੰਦ
ਘਰਵਾਲੀ ਤੋਂ ਕੋਈ ਸ਼ਿਕਾਇਤ ਹੈ? ਨਹੀਂ ਘਰਵਾਲੀ ਤੋਂ ਨਹੀਂ ਬਾਬਾ ਜੀ, ਸੱਸ ਕਿਉਂ ਕਰ ਰਹੀ ਹੈ? ਉੱਥੇ ਆ ਜਾਓ, ਘੋੜਾ ਵੇਚ ਕੇ